सत श्री अकाल जी, पीटीसी न्यूज देख रहे तमाम दर्शकों का स्वागत। मैं हाँ नीलम शर्मा। बुलेटिन का आगाज करांगे, तुहानू सीधा लैके चलांगे हुशियारपुर, जिथे नंगल शहीदां टोल प्लाजा ते सीएम मान पहुंचे हुए ने। टोल प्लाजा दे बंद होण दा इत्थे रस्मी ऐलान कर दिता गया, तय मियाद पूरी होण तो टोल प्लाजा बंद हो रहे ने। जी बिल्कुल, जांच का विषय, गंभीर जांच का विषय के 2013 च किन्ना टोल प्लाजा लगता सी इत्थे। 2013 तो लैके 2023 होगी हुण तक इहदा किन्ना टोल का रेट सीगा, किन्ना वध गया ते टोटल किन्ने पैसे जिहड़े ने ਉਹ ਲੋਕਾਂ ਦੀ ਜੇਬ 'ਚੋਂ ਕੱਢ ਆ ਲੈ ਗਏ ਨੇ। ਉਹ ਤਾਂ ਸਾਰਾ ਇਹਨਾਂ ਦਾ ਬੈਂਕ ਰਿਕਾਰਡ ਪਿਆ ਸਾਰਾ, ਠੀਕ ਹੈ ਨਾ। ਅਤੇ ਕਿੰਨਾ ਇਹਨਾਂ ਦਾ ਜੁਰਮਾਨਾ ਬਣਦਾ ਸੀ ਉਹਨਾਂ ਨੂੰ ਬ੍ਰੀਚ ਕਰਨ ਦਾ, ਕਿਉਂ ਨਹੀਂ ਇਹਨਾਂ ਨੂੰ ਟਰਮੀਨੇਸ਼ਨ ਨੋਟਿਸ ਜਾਰੀ ਕੀਤਾ ਗਿਆ। PWD ਡਿਪਾਰਟਮੈਂਟ ਉਸ ਵੇਲੇ ਕੌਣ ਕੌਣ ਸੀਗਾ, ਮਿਨਿਸਟਰ ਕੌਣ ਸੀਗੇ, ਉਹਦੇ ਅਫਸਰ ਕੌਣ ਸੀਗੇ, ਇਹ ਸਾਰਾ ਜਾਂਚ ਦਾ ਵਿਸ਼ਾ ਹੈ। ਇਹ ਜਾਂਚ ਹੋਊਗੀ, ਬਿਲਕੁਲ ਰਿਕਵਰੀ ਪਾਵਾਂਗੇ ਜੀ। ਨਹੀਂ, ਇਕੱਲੇ ਜੁਰਮਾਨੇ ਦੀ ਨਹੀਂ ਜੀ, 10 ਸਾਲ ਪਹਿਲਾਂ ਜੇ ਬੰਦ ਹੋ ਜਾਂਦਾ ਤਾਂ ਕਿੰਨਾ ਪੈਸਾ ਬਚਦਾ ਲੋਕਾਂ ਦਾ। ਸੇਮ ਹਦਾਇਤਾਂ ਨੇ ਜੀ, ਜਿਸ ਦਿਨ ਤੁਹਾਡੀ ਐਕਸਪਾਇਰੀ ਡੇਟ ਖਤਮ ਹੋ ਗਈ ਉਸ ਦਿਨ ਆਪਣਾ ਜੁੱਲੀ ਬਿਸਤਰਾ ਚੱਕੋ। ਅਸੀਂ ਕੋਈ ਐਕਸਟੈਂਸ਼ਨ ਨਹੀਂ ਦੇਣੀ। ਕੋਰਟ 'ਚ ਆਉਣਾ, ਕੋਰਟ 'ਚ ਆ ਜਾਓ, ਕੋਰਟ 'ਚ ਮਿਲਾਂਗੇ ਅਸੀਂ, ਉੱਥੇ ਆਪਣਾ ਪੱਖ ਰੱਖਾਂਗੇ। ਪਰ ਜੇ ਤੁਸੀਂ ਟਰਮੀਨੇਟ ਕੀਤੇ ਹੋਏ ਨੇ ਪਹਿਲਾਂ ਔਰ ਰੈਗੂਲਰਲੀ ਜਿਹੜੇ ਐਗਰੀਮੈਂਟ ਨੇ ਉਹ ਟਰਮੀਨੇਟ ਕੀਤੇ ਹੋਏ ਨੇ, ਦੈਨ ਜਿਹੜੇ ਜੁਰਮਾਨੇ ਪੈਣਗੇ ਜਾਂ ਪਏ ਸੀ ਜਾਂ ਕਿਉਂ ਨਹੀਂ ਪਏ, ਇਹਦੇ ਵਾਸਤੇ ਜਿਹੜੇ ਵੀ ਬੰਦੇ ਜ਼ਿੰਮੇਵਾਰ ਨੇ ਉਹਨਾਂ ਨੂੰ ਸਜ਼ਾਵਾਂ ਮਿਲਣੀ। ਉਹ ਤੋਂ ਤੁਸੀਂ ਇਸ ਗੱਲ ਦੀ ਸਰ ਫਿਕਰ ਨਾ ਕਰੋ, ਅਸੀਂ ਟੋਲ ਪਲਾਜ਼ੇ ਵਾਲੇ ਮੁੰਡਿਆਂ ਨੂੰ ਕੋਈ ਭੁੱਖੇ ਨਹੀਂ ਮਰ ਦਿੰਦੇ। ਪਰ ਇਹ 10,52,000 ਇਹਨਾਂ ਨੂੰ ਤਾਂ ਦਿੰਦੇ ਨਾ ਇੱਕ ਦਿਨ ਦਾ, ਇਹਨਾਂ ਦੀ ਜਿੰਨੀ ਤਨਖਾਹ ਹੈ, ਜਾਂ ਉਹ ਅਸੀਂ ਕਿਤੇ ਅਲਟਰਨੇਟਿਵ ਇਹਨਾਂ ਵਾਸਤੇ ਨੌਕਰੀਆਂ ਪੈਦਾ ਕਰਾਂਗੇ। ਪਰ ਅਸੀਂ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਨਹੀਂ ਲੁੱਟਣ ਦਿੰਦੇ। ਅਤੇ ਇਸ ਗੱਲ ਦਾ ਮੈਂ ਜਵਾਬ ਮੰਗੂੰਗਾ ਸਾਰੇ ਦੋਨਾਂ ਪਾਰਟੀਆਂ ਤੋਂ। ਜਾਂਚ ਦਾ ਵੀ ਵਿਸ਼ਾ, ਸੋ ਬਿਲਕੁਲ ਜਾਂਚ ਕਰਾਂਗੇ 1 ਰੁਪਈਏ ਦੀ। ਸਰ ਉਹੀ ਤਾਂ ਮੈਂ ਕਹਿੰਦਾ ਕਿ ਇਹਨਾਂ ਨੇ ਕੋਈ ਆਪਦਾ ਕਲੋਜ਼ ਤਾਂ ਪੂਰਾ ਕੀਤਾ ਹੀ ਨਹੀਂ। 20 ਕਿਲੋਮੀਟਰ ਦੇ ਰੇਡੀਅਸ, ਕਿਤੇ 10 ਕਿਲੋਮੀਟਰ ਦੇ ਰੇਡੀਅਸ ਦੇ ਵਿੱਚ ਜਿੰਨੇ ਆਲੇ ਦੁਆਲੇ ਪਿੰਡ ਆਉਂਦੇ ਨੇ ਉਹਨਾਂ ਦੇ ਪਾਸ ਬਣਦੇ ਨੇ। ਕਿੰਨੇ ਕੁ ਪਾਸ ਬਣਾਏ ਹੋਣਗੇ ਇਹਨਾਂ ਨੇ, ਦੱਸਿਆ ਕਿਸੇ ਨੂੰ ਕਿ ਪਾਸ ਬਣਦੇ ਨੇ? ਐਂਬੂਲੈਂਸ ਐਨ ਪਰਫੈਕਟ ਚਾਹੀਦੀ ਹੈਗੀ ਹੈ ਇੱਥੇ, ਰਿਕਵਰੀ ਬੈਨ ਚਾਹੀਦੀ ਹੈ। ਸੋ ਇੱਕ ਜਦੋਂ ਗੌਰਮੈਂਟ ਨੇ ਹੱਥ ਵਧਾ ਰੱਖੇ ਨੇ ਕਿ ਅਸੀਂ ਤੁਹਾਡੇ ਨੂੰ 6,12,00,000 ਤੋਂ ਬਾਅਦ ਜੁਰਮਾਨਾ ਹੀ ਨਹੀਂ ਕਰ ਸਕਦੇ, ਫਿਰ ਦੁਬਾਰਾ ਰਹਿ ਕੀ ਗਿਆ ਜੀ? ਜਦੋਂ ਅੱਛਾ ਆਲਰੇਡੀ 124 ਕਰੋੜ ਰੁਪਈਏ ਦਾ ਪ੍ਰੋਜੈਕਟ ਹੈ, 50 ਕਰੋੜ ਗੌਰਮੈਂਟ ਜਿਹੜੀ ਹੈ ਉਹ ਸਬਸਿਡੀ ਦੇ ਰਹੀ ਹੈ, ਨਾਲੇ ਤਾਂ 50 ਕਰੋੜ ਰੁਪਈਆ ਦਿੱਤਾ ਬਣਾਉਣ ਨੂੰ, ਨਾਲੇ ਉਹਨਾਂ ਨੂੰ ਪੈਸੇ ਲੈਣ ਵਾਸਤੇ ਲਵਾਤੀਆਂ ਆਹ ਗੁੰਡਾ ਪਰਚੀਆਂ, ਅਤੇ ਨੰਬਰ 2 'ਤੇ ਉਹਨਾਂ ਨੂੰ ਕਿਹਾ ਇੰਨੀ ਤਰੀਕ ਨੂੰ ਲੁੱਕ ਪਾਉਣੀਆਂ ਉਹ ਪਾਉਂਦੇ ਨਹੀਂ, ਇੰਨੀ ਤਰੀਕ ਨੂੰ ਦੂਜੀ ਵਾਰ ਲੁੱਕ ਪਾਉਣੀਆਂ ਨਹੀਂ ਪਾਉਂਦੇ। ਕੋਈ ਜੁਰਮਾਨਾ ਨਹੀਂ, ਕੋਈ ਉਹਨਾਂ ਦਾ ਇਹ ਨਹੀਂ ਹੈਗਾ ਤੁਹਾਡਾ ਐਗਰੀਮੈਂਟ ਅਸੀਂ ਕੈਂਸਲ ਕਰ ਦਿਆਂਗੇ ਤੁਸੀਂ ਜਾਓ ਨਾ, ਕਿਉਂਕਿ ਆਪਸ ਦੇ ਵਿੱਚ ਰਲੇ ਹੋਏ ਸੀ, ਅਸੀਂ ਇਹੀ ਗੱਲ ਕਹਿੰਦੇ ਸੀ ਕਿ ਲੋਕਾਂ ਦੇ ਪੈਸੇ ਬਚਾਵਾਂਗੇ। ਹੁਣ ਤੁਸੀਂ ਦੇਖੋ, ਇਹ ਕਹਿੰਦੇ ਸੀ ਨਾ ਅਕਾਲੀ ਦਲ ਕਾਂਗਰਸ ਵਾਲੇ ਕਿ ਆਹ ਐਂ ਕਹੀ ਜਾਂਦੇ ਨੇ, ਆਹ ਗਰੰਟੀ ਦੇ ਦਿੱਤੀ, ਆਹ ਗਰੰਟੀ ਦਿੱਤੀ, ਪੈਸੇ ਕਿੱਥੋਂ ਆਉਣਗੇ? ਪੈਸੇ ਇੱਥੋਂ ਆਉਣਗੇ ਜੀ, ਆਹ ਲੀਕੇਜ ਬੰਦ ਕੀਤੀ ਹੈ। ਹੁਸ਼ਿਆਰਪੁਰ ਦੇ ਵਿੱਚ ਸਥਿਤ ਜਿਹੜਾ ਆ ਸੁੰਦਰ ਸ਼ਾਮ ਅਰੋੜਾ ਦੇ ਘਰ ਦੇ ਵਿੱਚ ਵਿਜੀਲੈਂਸ ਦੀ ਰੇਡ ਹੈਗੀ ਹੈ, ਚੱਲ ਰਹੀ ਹੈ, ਸਾਰੀਆਂ ਚੀਜ਼ਾਂ ਨਾਪੀਆਂ ਜਾ ਰਹੀਆਂ, ਤੋਲੀਆਂ ਜਾ ਰਹੀਆਂ, 5-star ਵਰਗਾ ਹੋਟਲ ਵਰਗਾ ਘਰ ਹੈਗਾ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਵਿਜੀਲੈਂਸ? ਮੈਂ ਸਿਰਫ ਇਹਨਾਂ ਕਹੂੰਗਾ ਜੀ, 5-star ਨਹੀਂ, 7-star। ਥੈਂਕ ਯੂ। ਅੱਜ 3 ਟੋਲ ਪਲਾਜ਼ਾ ਬੰਦ ਕਰ ਦਿੱਤੇ ਗਏ ਨੇ। ਸੀਐਮ ਮਾਨ ਆਪ ਮੌਕੇ 'ਤੇ ਪਹੁੰਚੇ ਅਤੇ ਹੁਸ਼ਿਆਰਪੁਰ ਦੇ ਨੰਗਲ ਸ਼ਹੀਦਾਂ ਟੋਲ ਪਲਾਜ਼ਾ 'ਤੇ ਸੀਐਮ ਮਾਨ ਪਹੁੰਚੇ ਅਤੇ ਰਸਮੀ ਐਲਾਨ ਟੋਲ ਪਲਾਜ਼ਾ ਦੇ ਬੰਦ ਹੋਣ ਦਾ ਸੀਐਮ ਮਾਨ ਨੇ ਕਰ ਦਿੱਤਾ। ਅਤੇ ਨਾਲ ਇਹ ਵੀ ਕਿਹਾ ਕਿ ਜੋ ਲੋਕ ਉੱਥੇ ਕੰਮ ਕਰਦੇ ਨੇ ਉਹਨਾਂ ਲਈ ਨੌਕਰੀਆਂ ਪੈਦਾ ਕਰਾਂਗੇ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਜਨਤਾ ਦਾ ਜੋ ਪੈਸਾ ਹੈ ਉਸਦੀ ਲੁੱਟ ਨਹੀਂ ਹੋਣ ਦੇਵਾਂਗੇ।
अगे वधांगे पंजाब दे कुछ आगू थोड़ी देर विच भाजपा दा पल्ला फड़न जा रहे ने बोने अजनाला अज भाजपा विच शामिल होणगे मनमोहन सिंह सठियाला अते सतिंदर बिट्टी भी भाजपा विच शामिल होणगे दिल्ली विच केंद्रीय मंत्री गजेंद्र सिंह शेखावत दी अगवाई विच शामिल होणगे शेखावत दे घर केंद्रीय राज मंत्री सोम प्रकाश अश्विनी शर्मा ते डॉक्टर राजकुमार वेरका पहुंच चुके ने ते इत्थे दस दईए दिल्ली विच केंद्रीय मंत्री गजेंद्र सिंह शेखावत दी अगवाई विच शमूलियत की जाएगी पंजाब दे एक होर आगू वालों भाजपा का इतने पल्ला फड़िया जाएगा शेखावत के घर केंद्रीय मंत्री सोम प्रकाश अश्विनी शर्मा ते राजकुमार वेरका इतने पहुंच चुके हैं तस्वीरों में देखा जा सकता है एक होर आगू भाजपा का पल्ला फड़न जा रहा है।